ਦਰਅਸਲ ਅੱਜ ਕੱਲ੍ਹ ਕੈਨੇਡਾ ਦੇ ਹਵਾਈ ਅੱਡਿਆਂ ਉੱਤੇ ਭਾਰਤ ਤੋਂ ਪੁੱਜ ਰਹੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਨੇ, ਜਿਨ੍ਹਾਂ 'ਚ ਵੱਡੀ ਗਿਣਤੀ ਪੰਜਾਬੀ ਵਿਦਿਆਰਥੀਆਂ ਦੀ ਹੈ। ਇਸ ਤੋਂ ਇਲਾਵਾ ਇਹਨਾਂ ਕਤਾਰਾਂ ਦੇ ਵਿੱਚ ਅਜੇ ਲੋਕ ਵੀ ਨੇ ਜੋ ਇੱਥੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਤੇ ਘੁੰਮਣ ਫਿਰਨ ਲਈ ਪੁੱਜ ਰਹੇ ਨੇ। ਇਸੇ ਦੌਰਾਨ ਕੈਨੇਡਾ ਦੀ ਖੁੱਲ੍ਹੀ 6 ਮਹੀਨਿਆਂ ਵਾਲੀ ਐਂਟਰੀ ਦੀ ਡਾਲਰ ਕਮਾਉਣ ਵਾਸਤੇ ਦੁਰਵਰਤੋਂ ਰੋਕਣ ਲਈ ਇਮੀਗ੍ਰੇਸ਼ਨ ਅਫਸਰਾਂ ਵੱਲੋਂ ਸਖ਼ਤੀ ਵਰਤੀ ਜਾ ਰਹੀ ਹੈ। ਕੈਨੇਡਾ 'ਚ ਸਾਰਾ ਸਾਲ ਦੁਨੀਆ ਭਰ ਤੋਂ ਲੋਕ ਪੁੱਜਦੇ ਹਨ, ਪਰ ਇਹਨਾਂ 'ਚੋਂ ਕਈਆਂ ਨੂੰ ਬੇਰੰਗ ਵਾਪਸ ਪਰਤਣਾ ਪੈਂਦਾ, ਜਿਨ੍ਹਾਂ 'ਚ ਜ਼ਿਆਦਾਤਰ ਗਿਣਤੀ ਪੰਜਾਬੀਆਂ ਅਤੇ ਮੈਕਸੀਕੋ ਦੇ ਨਾਗਰਿਕਾਂ ਦੀ ਹੈ। ਤਾਜ਼ਾ ਖ਼ਬਰ ਹੈ ਕਿ ਕ੍ਰਿਸਮਸ ਦੀਆਂ ਛੁੱਟੀਆਂ ਦੇ ਚੱਲਦਿਆਂ ਬੀਤੇ 36 ਘੰਟਿਆਂ ਦੌਰਾਨ 8 ਪੰਜਾਬੀਆਂ ਨੂੰ ਟੋਰਾਂਟੋ ਹਵਾਈ ਅੱਡੇ ਉੱਤੇ ਹੀ ਰੋਕ ਦਿੱਤਾ ਗਿਆ ਤੇ ਉਹਨਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਹਨਾਂ 'ਚੋਂ 4 ਤਾਂ ਦਿੱਲੀ ਤੋਂ ਆਏ ਇੱਕ ਜਹਾਜ਼ ਵਿੱਚ ਹੀ ਸਨ। ਉਹਨਾਂ 'ਚ ਬਹੁਤੇ ਨੌਜਵਾਨ ਮੁੰਡੇ ਹਨ, ਪਰ ਅਧਖੜ ਉਮਰ ਦਾ ਇੱਕ ਜੋੜਾ ਵੀ ਸ਼ਾਮਲ ਹੈ। ਅਧਖੜ ਉਮਰ ਦੇ ਪਤੀ ਤੇ ਪਤਨੀ ਨੇ ਕੈਲਗਰੀ ਵਿਖੇ ਇੱਕ ਹਫ਼ਤੇ ਦੀ ਸੈਰ ਕਰਨ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ। ਉਹਨਾਂ ਨੂੰ 3 ਵਾਰੀ ਨਾ ਹੋਣ ਤੋਂ ਬਾਅਦ ਕੈਨੇਡਾ ਦਾ ਵੀਜ਼ਾ ਮਿਲਿਆ, ਪਰ ਹਵਾਈ ਅੱਡੇ ਤੋਂ ਐਂਟਰੀ ਨਾ ਦਿੱਤੀ ਜਾ ਸਕੀ। ਕੈਨੇਡੀਅਨ ਇਮੀਗ੍ਰੇਸ਼ਨ ਅਫਸਰਾਂ ਦਾ ਮੰਨਣਾ ਹੈ ਕਿ ਜਲੰਧਰ ਲਾਗਲੇ ਪਿੰਡ ਤੋਂ ਅਮਰੀਕਾ 'ਚ ਰਹਿੰਦੇ ਆਪਣੇ 22 ਕੁ ਸਾਲਾਂ ਦੇ ਪੁੱਤਰ ਨੂੰ ਮਿਲਣ ਜਾਣ ਦੀ ਬਜਾਏ ਉਸ ਜੋੜੇ ਦੀ ਕੈਨੇਡਾ 'ਚ ਉਹ ਵੀ ਕੜਾਕੇ ਦੀ ਸਰਦੀ ਮੌਕੇ 7 ਦਿਨਾਂ ਲਈ ਸੈਰ ਕਰਨ ਦੀ ਗੱਲ ਯਕੀਨਯੋਗ ਨਹੀਂ ਹੈ, ਕਿਉਂਕਿ ਪਤਨੀ ਦੀ ਸੱਕੀ ਭੈਣ ਕੈਲੀਫੋਰਨੀਆ 'ਚ ਗੈਰ ਕਾਨੂੰਨੀ ਤੌਰ ਉੱਤੇ ਰਹਿ ਰਹੀ ਹੈ। ਉਹਨਾਂ ਕੋਲ ਹਫ਼ਤੇ ਦੀ ਸੈਰ ਵਾਸਤੇ ਭਾਵੇਂ 5,000 ਤੋਂ ਵੱਧ ਨਗਦ ਡਾਲਰ ਸਨ, ਪਰ ਅਫਸਰਾਂ ਨੇ ਸਿੱਟਾ ਕੱਢਿਆ ਕਿ ਉਹ ਦੋਵੇਂ ਕੈਨੇਡਾ ਤੋਂ ਵਾਪਸ ਮੁੜਨ ਲਈ ਨਹੀਂ ਪੁੱਜੇ। ਹਰਿਆਣਾ ਦੇ ਕੁਰੂਕਸ਼ੇਤਰ ਤੋਂ ਆਏ ਵੱਡੀ ਉਮਰ ਦੇ ਦਸਤਾਰਧਾਰੀ ਪੰਜਾਬੀ ਬੰਦੇ ਦੇ ਪਾਸਪੋਰਟ 'ਚ ਵੀਜ਼ਾ ਤਾਂ ਭਾਵੇਂ ਲੰਮੀ ਮਿਆਦ ਦਾ ਸੀ, ਪਰ ਕੈਨੇਡਾ 'ਚ ਰਹਿੰਦੇ ਭਰਾ ਨੂੰ ਮਿਲਣ ਲਈ ਆਏ ਹੋਣ ਦੀ ਗੱਲ ਝੂਠ ਦਾ ਪਲੰਦਾ ਨਿਕਲੀ। ਪੜਤਾਲ ਤੋਂ ਪਤਾ ਲੱਗਾ ਹੈ ਕਿ ਅਸਲ 'ਚ ਉਸਦਾ ਕੋਈ ਭਰਾ ਕੈਨੇਡਾ ਨਹੀਂ ਰਹਿੰਦਾ। ਇਸ ਤੋਂ ਇਲਾਵਾ ਉਸਨੇ ਆਪਣੇ ਹਰਿਆਣਵੀ ਏਜੰਟ ਨੂੰ 5 ਲੱਖ ਰੁਪਏ ਦੇ ਕੇ ਨਕਲੀ ਸਪਾਂਸਰਸ਼ਿਪ ਦੀ ਮਦਦ ਨਾਲ ਵੀਜ਼ਾ ਲਗਵਾਇਆ ਸੀ। ਉਸ ਨੂੰ ਐਂਟਰੀ ਦੇਣ ਦੀ ਬਜਾਏ ਵੀਜ਼ਾ ਰੱਦ ਕਰ ਦਿੱਤਾ ਗਿਆ। ਨਕਲੀ ਸਪਾਂਸਰਸ਼ਿਪ ਨਾਲ ਵੀਜ਼ਾ ਲਗਵਾ ਕੇ ਸੰਗਰੂਰ ਤੋਂ ਵੈਨਕੂਵਰ 'ਚ ਰਹਿੰਦੀ ਆਪਣੀ ਭੈਣ ਨੂੰ ਮਿਲਣ ਆਏ 20 ਸਾਲ ਦੇ ਮੁੰਡੇ ਨੂੰ ਵੀ ਐਂਟਰੀ ਨਹੀਂ ਮਿਲੀ, ਕਿਉਂਕਿ ਅਸਲੀਅਤ ਇਹ ਰਹੀ ਕਿ ਕੈਨੇਡਾ 'ਚ ਉਸ ਦੀ ਕੋਈ ਭੈਣ ਨਹੀਂ, ਜਿਸ ਕਰਕੇ ਅਫਸਰਾਂ ਨੇ ਉਸ ਦੇ ਵੀਜ਼ਾ ਉੱਪਰ ਲਾਲ ਲਕੀਰ ਭਾਵ ਉਸਦਾ ਵੀਜ਼ਾ ਰੱਦ ਕਰ ਦਿੱਤਾ। ਲੁਧਿਆਣਾ ਤੋਂ ਆਏ ਇੱਕ ਗ੍ਰੰਥੀ ਸਿੰਘ ਨੂੰ ਮਿਸੀਸਾਗਾ ਸਥਿਤ ਇੱਕ ਵੱਡੇ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਭੇਜੀ ਗਈ ਸਪਾਂਸਰਸ਼ਿਪ 'ਚ ਵੱਡੀ ਗੜਬੜੀ ਨਿਕਲੀ, ਜਿਸ ਕਰਕੇ ਉਸ ਸਿੰਘ ਨੂੰ ਵੀ ਨਿਰਾਸ਼ ਹੋਣਾ ਪਿਆ। ਲੁਧਿਆਣਾ ਵਿਖੇ ਗੁਰਦੁਆਰਾ ਸਾਹਿਬ 'ਚ ਸੇਵਾ ਕਰਦਿਆਂ ਉਸਨੇ ਅੰਥਕ ਯਤਨਾਂ ਨਾਲ ਭਾਵ 3 ਵਾਰੀ ਨਾ ਹੋਣ ਤੋਂ ਬਾਅਦ ਕੈਨੇਡਾ ਦਾ ਵੀਜ਼ਾ ਪ੍ਰਾਪਤ ਕੀਤਾ ਸੀ, ਪਰ ਹਰ ਇੱਕ ਵਾਰੀ ਨਕਲੀ ਦਸਤਾਵੇਜ਼ ਲਾਉਣ ਕਰਕੇ ਉਸਦਾ ਕੈਨੇਡਾ 'ਚ ਦਾਖਲ ਹੋਣ ਦਾ ਸੁਪਨਾ ਅਧੂਰਾ ਰਿਹਾ। ਕਪੂਰਥਲਾ ਨੇੜਲੇ ਪਿੰਡ ਤੋਂ ਪੁੱਜੇ 19 ਸਾਲ ਦੇ ਇੱਕ ਮੁੰਡੇ ਨੂੰ ਤਾਂ ਵੀਜ਼ਾ ਰੱਦ ਕਰਨ ਮੌਕੇ ਹੱਥਕੜੀ 'ਚ ਜਕੜ ਦਿੱਤਾ ਗਿਆ, ਕਿਉਂਕਿ ਉਸ ਕੋਲ ਬੱਚਿਆਂ ਨਾਲ ਬਦਫੈਲੀ ਵਾਲੀਆਂ ਫਿਲਮਾਂ ਤਸਵੀਰਾਂ ਸਨ। ਇਸ ਤਰ੍ਹਾਂ ਦੀ ਸਮੱਗਰੀ ਰੱਖਣਾ ਕੈਨੇਡਾ 'ਚ ਸਜ਼ਾਯੋਗ ਸੰਗੀਨ ਅਪਰਾਧ ਹੈ। ਅਮਰੀਕਾ ਤੋਂ ਟੋਰਾਂਟੋ 'ਚ ਇੱਕ ਵਿਆਹ ਸਮਾਗਮ 'ਚ ਸ਼ਾਮਲ ਹੋਣ ਪੁੱਜੇ ਅਧਖੜ ਉਮਰ ਦੇ ਪੰਜਾਬੀ ਨੂੰ ਵੀ ਐਂਟਰੀ ਨਹੀਂ ਮਿਲੀ। ਉਹ 20 ਸਾਲਾਂ ਤੋਂ ਅਮਰੀਕਾ 'ਚ ਰਹਿ ਰਿਹਾ ਸੀ ਅਤੇ ਅਮਰੀਕੀ ਨਾਗਰਿਕ ਹੋ ਚੁੱਕਾ ਹੈ, ਪਰ ਉੱਥੇ ਉਸਦਾ ਪਿਛੋਕੜ ਸ਼ਰਾਬ ਪੀ ਕੇ ਗੱਡੀ ਚਲਾਉਣ ਸਣੇ ਅਪਰਾਧਕ ਹੋਣ ਕਾਰਨ ਇਮੀਗ੍ਰੇਸ਼ਨ ਅਫਸਰਾਂ ਨੇ ਉਸ ਨੂੰ ਵਾਪਸੀ ਫਲਾਈਟ 'ਚ ਮੋੜਨ ਦਾ ਫੈਸਲਾ ਕੀਤਾ।